ਅੱਜ ਫਾਜ਼ਿਲਕਾ ਪੁੱਜੇ ਹੋ, ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਜੀ? ਇਸ ਤਰ੍ਹਾਂ ਜੀ, ਜਿਵੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਨੇ, ਉਸੇ ਤਰ੍ਹਾਂ ਦੀ ਵਿਜੀਲੈਂਸ ਵਿਭਾਗ ਵੱਲੋਂ ਮਾਣਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਰਿੰਦਰ ਕੁਮਾਰ ਜੀ ਅਤੇ SSP ਸਰਦਾਰ ਹਰਪਾਲ ਸਿੰਘ ਜੀ, ਉਹਨਾਂ ਦੀ ਰਹਿਨੁਮਾਈ 'ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਜ਼ਿਲਕਾ ਤੋਂ। ਵਧਾਈ ਸੱਜਣ ਸਿੰਘ ਹੈ, ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ, ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣ ਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਾਰਮਰ ਲਗਾਇਆ ਜਾਣਾ ਸੀ ਅਤੇ ਉਸ ਏਰੀਏ ਦਾ ਜੋ JE ਹੈ ਕੁਲਬੀਰ ਸਿੰਘ, ਉਹਦੇ ਵੱਲੋਂ ਟਰਾਂਸਫਾਰਮ ਨਵਾਂ ਲਗਾਉਣ ਦੇ ਬਦਲੇ 10,000 ਦੀ ਰਿਸ਼ਵਤ ਮੰਗੀ ਜਾ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਦੇ ਪਿੰਡ ਵਾਲਿਆਂ ਤੋਂ 7,000 ਰੁਪਇਆ ਇਕੱਠਾ ਕਰ ਲਿਆ ਸੀ ਅਤੇ ਅੱਜ ਉਹ 7,000 ਰੁਪਇਆ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ, ਅਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤ ਧਵਨ ਜੀ, AC ਕ੍ਰਿਸ਼ਨ ਕੁਮਾਰ ਅਤੇ ਹੋਰ ਸਾਡੀ ਜੋ ਟੀਮ ਹੈ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ, ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ, ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7,000 ਦੀ ਬਰਾਮਦ ਕੀਤੀ ਹੈ ਅਤੇ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਸਰ, ਕਿੱਥੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ? ਇਹ ਕਚਹਿਰੀ ਫਾਜ਼ਿਲਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਨ ਹਾਊਸ ਹੈ, ਉਹਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ। ਸਰ, ਵੱਡੀ ਮੁਹਿੰਮ ਤੁਹਾਡੇ ਵੱਲੋਂ ਵਿੱਢੀ ਗਈ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਵੱਲੋਂ, ਪਰ ਫਿਰ ਵੀ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ। ਦੇਖੋ ਜੀ, ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ, ਸਾਡਾ ਵਿਜੀਲੈਂਸ ਵਿਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ, ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ, ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ, ਸਾਡੀ ਇਹ ਮੁਹਿੰਮ ਜਾਰੀ ਰਹੇਗੀ। ਬਾਕੀ ਅਸੀਂ ਪਬਲਿਕ ਨੂੰ ਵੀ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਵਿਜੀਲੈਂਸ ਵਿਭਾਗ ਨੂੰ ਆਪਣਾ ਸਹਿਯੋਗ ਦੇਣ, ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾਂ ਇਹ ਜਿਹੜੇ ਕਾਰਜ ਸਿਰੇ ਨਹੀਂ ਚੜ੍ਹਦੇ ਹੁੰਦੇ। ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ, ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਹਾਂ। ਸਰ, ਟਰਾਂਸਫਾਰਮ ਲੱਗ ਗਿਆ ਸੀ? ਟਰਾਂਸਫਾਰਮ ਦਾ ਜੇ ਸਮਾਨ ਕਢਾਇਆ ਸੀ ਜੀ, ਸਮਾਨ ਕੱਲ੍ਹ ਇਹਨਾਂ ਨੇ ਦਿੱਤਾ ਸੀ ਅਤੇ ਟਰਾਂਸਫਾਰਮ ਅਜੇ ਲੱਗਣਾ ਜੀ, ਅਤੇ ਇਹ ਸਾਂਝੇ ਤੌਰ 'ਤੇ ਟਰਾਂਸਫਾਰਮ ਲੱਗਣਾ ਸੀ, ਇਹ ਪਿੰਡ ਦਾ ਸੀ ਸਾਂਝਾ ਟਰਾਂਸਫਾਰਮ। ਅਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜੀ? ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਨਹੀਂ ਦੇਣੀ ਚਾਹੀਦੀ। ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ਧੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ, ਰਿਸ਼ਵਤ ਮੰਗਦਾ, ਤਾਂ ਵਿਜੀਲੈਂਸ ਵਿਭਾਗ ਦੇ ਨਾਲ ਸੰਪਰਕ ਕਰੋ। ਮਾਣਯੋਗ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕਰਪਸ਼ਨ ਨੰਬਰ ਵੀ ਜਾਰੀ ਕੀਤਾ, 95012000200। ਉਸ ਦੇ ਇਲਾਵਾ 1800, 1000, 1000 ਟੋਲ ਫਰੀ ਨੰਬਰ ਨੇ। ਕਿਸੇ ਤਰੀਕੇ, ਕਾਫੀ ਤਰੀਕੇ ਮਤਲਬ ਅਸੀਂ ਰੱਖੇ ਹੋਏ ਨੇ, ਉਹਦੇ ਅੰਦਰ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ। ਇਹੋ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਨਕੇਲ ਕਸੀ ਜਾਏ। ਸਰ, ਇਸ ਕਾਰਵਾਈ 'ਚ ਕਿਹੜੇ ਕਿਹੜੇ ਗਵਾਹ ਸੀ? ਇਸ ਦੇ ਵਿੱਚ ਦੋ ਸਰਕਾਰੀ ਗਵਾਹ ਨੇ ਜੀ, ਇੱਕ ਤਾਂ SDO ਸਾਹਿਬ ਨੇ ਜੀ, ਇੱਕ SDO ਸਾਹਿਬ ਨੇ, ਦੂਸਰੇ ਵੈਟਰਨੀ ਡਾਕਟਰ ਨੇ ਜੀ। ਇਹਨਾਂ ਦੋਨਾਂ ਨੂੰ ਅਸੀਂ ਸਰਕਾਰੀ ਗਵਾਹ, ਇਹਨਾਂ ਦੀ ਸਾਹਮਣੇ ਜੋ ਸਾਰਪ ਕਾਰਵਾਈ ਹੋਈ। ਸਰ, ਤੁਹਾਡਾ ਨਾਮ ਜੀ? DSP ਰਾਜ ਕੁਮਾਰ ਸਾਹਿਬ। ਸਰ, ਤੁਹਾਡਾ ਨਾਮ ਜੀ? ਇੰਸਪੈਕਟਰ ਮੋਹਿਤ। ਥੈਂਕ ਯੂ ਸਰ।